ਸਤਿ ਸ਼੍ਰੀ ਅਕਾਲ ਤੇ ਸਵਾਗਤ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜਿਹਦਾ ਨਾਮ ਹੈ ਪ੍ਰੀਤ ਬਾਣੀ ਰਿਐਕਟਸ ਗਾਇਸ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਾਨੂੰ ਪਹਿਲੀ ਵਾਰ ਵੇਖ ਰਹੇ ਤੇ ਪਲੀਜ਼ ਆ ਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਦਬਾਣਾ ਨਾ ਭੁੱਲਣਾ ਕਿਉਂਕਿ ਉਹਦੇ ਕਰਕੇ ਹੀ ਆਉਣਗੇ ਸਾਡੇ ਵੀਡੀਓਜ਼ ਦੀ ਸੋਹਣੀ ਸੋਹਣੀ ਨੋਟੀਫਿਕੇਸ਼ਨਸ ਬਾਕੀ ਅੱਜ ਲੈ ਕੇ ਹਾਜ਼ਰ ਹੋਇਆ ਇੱਕ ਹੋਰ ਵਧੀਆ ਜੀ ਵੀਡੀਓ ਦੱਸੋ ਜੀ ਵੀਡੀਓ ਗਾਇਸ ਪਹਿਲਾਂ ਆਪਾਂ ਬਣਾ ਚੁੱਕੇ ਹਾਂ ਵੀਡੀਓ ਹੈਗੀ ਸਿਖਾਵਤ ਨਾਸ ਭਾਜੀ ਦੀ ਤੇ ਇਹਨਾਂ ਦੇ ਕਾਫੀ ਸਾਰੇ ਆਂਦੇ ਰਹਿੰਦੇ ਨੇ ਜਿਨ੍ਹਾਂ ਨੂੰ ਪਤਾ ਕਿ ਇਹ ਫੀਲਡ ਦੇ ਵਿੱਚ ਜਾਂਦੇ ਨੇ ਵੱਖਰੇ ਵੱਖਰੇ ਕੈਰੈਕਟਰਸ ਪਲੇ ਕਰਦੇ ਨੇ ਤੇ ਉਹਦੇ ਚ ਕਾਮੇਡੀ ਕ੍ਰੀਏਟ ਕਰਦੇ ਆ ਤੇ ਅੱਜ ਦਾ ਹੈਗਾ ਹੈ ਸਾਡਾ ਸੇਮ ਵੀਡੀਓ ਹੈਗੀ ਸਖਾਵਤ ਨਾਸ ਭਾਜੀ ਦੀ ਸ਼ਾਇਦ ਇਹਨਾਂ ਨੇ ਕੋਈ ਮੇਰੇ ਖਿਆਲ ਚਾਰ ਚੂਰ ਦੀ ਕੋਈ ਦੁਕਾਨ ਲਾਈ ਵੀ ਹੈ ਤੇ ਉਹ ਮੋਟੂ ਭਾਜੀ ਨਾਲ ਆਏ ਨੇ ਤੇ ਦੋਵੇਂ ਮਿਲ ਕੇ ਕਾਮੇਡੀ ਕਰਨਗੇ ਹਸਾਉਣਗੇ ਸਾਨੂੰ ਤੇ ਬਣੇ ਰਹਿਣਾ ਗਾਇਸ ਐਂਡ ਤੱਕ ਮਜ਼ਾ ਆਏਗਾ ਪੂਰਾ ਤੇ ਵੀਡੀਓ ਨੂੰ ਛੱਡਿਓ ਨਾ ਤੇ ਸਟਾਰਟ ਕਰਦੇ ਹਾਂ ਕਰੀਏ ਬਿਲਕੁਲ ਸ਼ੁਰੂ ਕਰਦੇ ਹਾਂ पूरी लाभी हमाद भाई आजा इधर ਜਿਹੜਾ ਗਾ ਗਾਵੇ ਨਾ ਉਹਨੂੰ ਵਾਲੇਕਮ ਅਸਲਾਮ ਬਿਸਮਿਲ੍ਲਾ ਭਾਜੀ ਕੀ ਹਾਲ ਠੀਕ ਹੋ ਸਦਾ ਕਰਾਂ ਭਾਜੀ ਕੀ ਲਾਇਆ ਅਜੇ ਭਾਜੀ ਇਹ ਤੇ ਮੈਂ ਮਤਲਬ ਕੁੱਜਾ ਲਾਇਆ ਨਾਲ ਪਰਾਤ ਲਈ ਨਾਲ ਸਲਾਦ ਲਈ ਦਹੀਂ ਭੱਲੇ ਲਾਏ ਨੇ ਸਾਰਿਆਂ ਨੂੰ ਪਤਾ ਕੀ ਲਾਇਆ ਨਹੀਂ ਮੇਰਾ ਕਹਿਣ ਦਾ ਮਤਲਬ ਇਹ ਵੇ ਕਿ ਮਤਲਬ ਫਰੂਟ ਚਾਟ ਤੇ ਕੋਈ ਨਹੀਂ ਹੋਣੀ ਲੱਗਦਾ ਆਲੂ ਛੋਲੇ ਨੇ ਦੇ ਨਾਲ ਦਹੀਂ ਭੱਲੇ ਭਾਜੀ ਇਹਨੂੰ ਕਹਿੰਦਾ ਜੀ ਚਨੇ ਚਾਟ ਤੇ ਦਹੀਂ ਭੱਲੇ ਕਿੰਨੇ ਦਾ ਪਿਆਲਾ ਛੋਟਾ ਤੇ ਵੱਡਾ ਇਹ ਪਿਆਲਾ ਭਾਜੀ 80 ਰੁਪਏ ਦਾ रेहड़ी लगी ओथों खा लो प्याला लभ रहा जिस बनावा छुट्टी कर लांगे फिर भाजी 80 रुपए का प्याला किन्ने प्याले लाने भाजी एक नाल ते तुहाडी दाढ़ भी नहीं गिली होनी जां ते फिर कहो ना 30-35 प्याले लुआणो इतराज करदा कि की गल तुसीं खा लो मिठी चटनी पाउणी जेब च पा दे थोड़ी प्याले च पा के दे यार बंदा के लगता मज सीधी कराई कहो भाजी अच्छा भाजी गल सुनो तुसीं खा तो लेने मतलब ढिड भर जाएगा मैनू नहीं लगता इंज तुसी पूरा कर लोगे हाँ जी पैसे लेने अल्ट्रासाउंड कराउंदा फिरां वी आ विच भल्ले फिरन डे भाजी
ਤੁਸੀਂ ਪਹਿਲਾਂ ਪੈਸੇ ਦੇ ਦਿਓ ਫਿਰ ਤੁਹਾਨੂੰ ਪੱਲੇ ਦੇ ਦਿਓ ਯਾਰ ਮਖੌਲ ਨਾ ਕਰ ਬੜੀ ਭੁੱਖ ਲੱਗੀ ਤੇਰੀ ਮਿਹਰਬਾਨੀ ਉਰਾਂ ਦੇ ਮੈਨੂੰ ਚਲੋ ਠੀਕ ਹੈ ਤੁਸੀਂ ਪੈਸੇ ਦੇ ਦਿਓ ਨਾ 80 ਰੁਪਏ ਉਹ ਦੇ ਦੇਣਾ ਮੈਂ ਪੈਸੇ ਪਹਿਲੇ ਖਾਦ ਲੈਣ ਦੇ ਚਲੋ ਤੁਸੀਂ ਖਾਓ ਲੇਕਿਨ ਇੱਥੇ ਨਾ ਕਰੋ ਪੈਸੇ ਪਹਿਲੋਂ ਭਾਜੀ ਅਗਰ ਦੇ ਦਿਓ ਨਾ ਤੇ ਮੇਰਾ ਮਤਲਬ ਇਹ ਹੁੰਦਾ ਹੈਗਾ ਨਵਾਂ ਅਸੀਂ ਰੇੜੀ ਲਾਈਏ ਭਾਜੀ ਗਰੀਬ ਆਦਮੀ ਤੁਸੀਂ ਸਿਹਤਮੰਦ ਬੰਦੇ ਤੁਹਾਡੇ ਨਾਲ ਲੜ ਵੀ ਨਹੀਂ ਸਕਦੇ ਅਸੀਂ ਯਾਰ ਮੈਨੂੰ ਨਾ ਇਹ ਖਾ ਲੈਂਦੇ ਮੈਨੂੰ ਬਹੁਤ ਭੁੱਖ ਲੱਗੀ ਏ ਖਾ ਕੇ ਪੈਸੇ ਦੇ ਕੇ ਜਾਵਾਂਗਾ ਨਾਸਤੇ ਨਹੀਂ ਚੱਲਣਾ ਮੈਂ ਅੱਛਾ ਚਲੋ ਠੀਕ ਹੈ ਪੈਸੇ ਦੇ ਦੇਗਾ ਯਾਰ ਮਾ ਦਾ ਆਪਣਾ ਹੀ ਬੰਦਾ ਕੋਈ ਨਹੀਂ ਐਵੇਂ ਅਜੀਬ ਗੱਲਾਂ ਕਰਦੇ ਤੇ ਤੁਹਾਡੇ ਕੋਲ 80 ਰੁਪਏ ਹੈ ਵੈਸੇ ਭਾਜੀ ਪਹਿਲੇ ਦਿਖਾਓ ਤੇ ਸਹੀ ਨਾ ਚਲੋ ਦਿਖਾ ਦਿਓ ਦੇ ਭਾਵੇਂ ਬਾਅਦ ਚ ਦੇਣਾ ਦਿਖਾ ਦਿਓ ਮੈਨੂੰ ਕਿਹਾ ਹੈ ਨਾ ਹਾਂ ਯਾਰ ਇਤਬਾਰ ਦੀ ਨਾ ਦੁਨੀਆ ਨਹੀਂ ਰਹੀ ਸਹੀ ਹੈ ਇਤਵਾਰ ਦੀ ਨਹੀਂ ਪੀਰ ਦੀ ਨਹੀਂ ਰਹੀ ਮੰਗਲ ਦੀ ਨਹੀਂ ਰਹੀ ਬੁੱਧ ਦੀ ਨਹੀਂ ਰਹੀ ਜੁਮੇਰਾਤ ਦੀ ਨਹੀਂ ਰਹੀ ਤੁਸੀਂ ਕੱਢ ਲਓ ਨਾ 100 ਫੜਾ ਦਿਓ ਅੱਛਾ ਹੱਥ ਰੱਖ ਲਓ ਤੁਸੀਂ ਅੱਛਾ ਰੱਖ ਲਓ ਯਾਰ ਹੈਗਾ 100 ਰੁਪਏ ਹੈਗਾ ਹੀ ਮੇਰੇ ਹਿਸਰੇ ਤਾਂ ਸਾਰਾ ਮੱਖੀਆਂ ਨੇ ਖਾ ਜਾਣਾ ਵਿੱਚ ਤੇ ਭਾਜੀ ਤੁਹਾਡੇ ਲਈ ਆਮ ਬੰਦੇ ਨੂੰ ਮੈਂ ਮੱਖੀ ਪਾ ਕੇ ਨਹੀਂ ਦਿੰਦਾ ਤੇ ਤੁਸੀਂ ਮੇਰੇ ਸਪੈਸ਼ਲ ਗਾਹਕ ਹੋ ਇਸ ਲਈ ਦੋ ਮੱਖੀਆਂ ਸਪੈਸ਼ਲ ਪਾ ਕੇ ਦਿੱਤੀਆਂ ਐ 100 ਰੁਪਏ ਮੈਨੂੰ ਫੜਾ ਦਿਓ ਮੈਨੂੰ ਯਾਰ ਮੈਂ ਦਹੀਂ ਬਲੇ ਬਲੇ ਖਾਵਾਂਗਾ ਦੇਖਾਂਗਾ ਕਿ ਹੈ ਵੀ ਆ ਰਹੇ ਕਿ ਨਹੀਂ ਐਡਾ ਸੌਂਡ ਕੇ ਅੱਛਾ ਮਿੱਠੀ ਚਟਨੀ ਪਾਈ ਸੀ ਨਾ ਵਿੱਚ ਪਾਈ ਪਾਈ ਸੀ ਹੋਰ ਨਾ ਮਿੱਠਾ ਕਰਦੀ ਐ ਲੋ ਹੋਰ ਥੋੜਾ ਜਿਹਾ ਪਾਣੇ ਪਾ ਜੀ ਪਤਾ ਕੀ ਐ ਦੇ ਦਿਓ ਮੈਨੂੰ ਪੈਸੇ ਦੇ ਦਿਓ ਮੈਂ ਦਿਆਂਗਾ ਪੈਸੇ ਪਹਿਲੇ ਮੈਨੂੰ ਦਹੀਂ ਬਲੇ ਖਾ ਲੈਂਦੇ ਲੈ ਪੱਲੇ ਯਾਰ ਉਹ ਖਾ ਹੀ ਲੈਣੇ ਜਦੋਂ ਬਣਾ ਜੋ ਦਿੱਤੇ ਤੁਹਾਡੇ ਲਈ ਤੇ ਖਾ ਹੀ ਲੈਣੇ ਦਿਓ ਪੈਸੇ ਯਾਰ ਕਿਉਂ ਤਰਸਾਣਾ ਪੈਂਦੇ ਮੈਨੂੰ ਤੂੰ ਦਹੀਂ ਬਲੇ ਦੇ ਮੈਂ ਚੱਕ ਇੱਕ ਮਿੰਟ ਠਹਿਰ ਜਾ ਸਹੀ ਹੈ ਨਾ ਲੈ ਦੇ ਪੈਸੇ ਦੇ ਨਾ ਪੈਸੇ ਤੇਰੀ ਮਿਹਰਬਾਨੀ ਓ ਯਾਰ ਦੇ ਨਾ ਪੈਸੇ ਮੈਨੂੰ ਪਹਿਲਾਂ ਦੇਹੀ ਬਲੇ ਦਿਖਾ ਲੈ ਦੇਹੀ ਪੱਲੇ ਫੜ ਖਾ ਤੇ ਐ ਡੇਗ ਜਾਣ ਥੱਲੇ ਪੈਸੇ ਗਿਰ ਦੇ ਇਹ ਦੇਖਦੇ ਤੇਰੀ ਸੁਣ ਲੈ ਗਿੱਲੇ ਹੋ ਜਾਣੇ 100 ਰੁਪਿਆ ਯਾਰ ਮੈਂ ਐ ਫੜਾ ਐ ਮੈਨੂੰ ਫੜਾ ਦੇ ਨਾ ਐ 20 ਰੁਪਏ ਮਾਦ ਬਕਾਇਆ ਦੇ ਦੇ ਭਾਈ ਕੀ ਮਸਲਾ ਹੈਗਾ ਇਹ ਹੋਇਆ ਤੂੰ ਨਹੀਂ ਖਾ ਰਿਹਾ ਮੈਂ ਪੈਸੇ ਦਿੱਤੇ ਨੇ ਆਪਣੇ ਸਲਵਾਨ ਤੇਰੇ ਸਲਵਾਨ ਨੇ ਮੈਂ ਤੂੰ ਆਪਣੀ ਸਾਈਡ ਤੋਂ ਖਾਈ ਜਾ ਆਪਣੀ ਸਾਈਡ ਤੋਂ ਖਾਈ ਜਾ ਔਰ ਮੇਰੇ ਪੈਸੇ ਵਾਪਸ ਮੈਂ ਨਹੀਂ ਖਾਣੇ ਕਿ ਕਿਉਂ ਨਹੀਂ ਖਾਣੇ ਲੈ ਗਾ ਹੁਣ ਮੈਂ ਕਿਉਂ ਖਾਵਾਂ ਤੂੰ ਨਹੀਂ ਖਾਣੇ ਚਾਚਾ ਜੀ ਨਹੀਂ ਉਹ ਮੈਂ ਅੱਧੇ ਦੇ ਪੈਸੇ ਪਾਏ ਅਸੀਂ ਕੀ ਕਰਨਾ ਪਿਆ ਯਾਰ ਮੇਰੇ ਨਾਲ ਚਾਚਾ ਫਿਰ ਰੇੜੀ ਵਾਲਾ ਬਣ ਗਿਆ ਚਲ ਯਾਰ ਖਾ ਜਲਦੀ ਕਰ ਜਲਦੀ ਕਰ ਕਰ ਯਾਰ ਵਿੱਚੋਂ ਨਾ ਮੈਨੂੰ 50 ਰੁਪਏ ਬਲਕਿ 40 100 ਰੁਪਏ ਦਿੱਤਾ ਨਾ ਮੈਂ ਜਾਂ ਸਿਰਫ ਨਹੀਂ ਖਾਣੇ ਤੇ ਉਂਝ ਕਹਿ ਦੋ ਮੈਂ ਨਹੀਂ ਖਾਣੇ 20 ਰੁਪਏ ਦੇ ਦੋ ਬਾਕੀ ਉਹ ਯਾਰ ਪੈਸੇ ਮੈਨੂੰ ਪੈਸੇ ਪੂਰੇ ਵਾਪਸ 100 ਰੁਪਏ ਮੈਂ ਨਹੀਂ ਲੈਣਾ 20 ਰੁਪਏ ਕਿਉਂ ਕੀ ਗੱਲ ਹਾਂਜੀ 100 ਰੁਪਏ ਵਾਪਸ ਸਾਰੇ ਤੇ ਤੂੰ ਖਾਣਾ ਪਿਆ ਮੇਰੇ ਕੋਲੋਂ ਲੈ ਕੇ ਪਹਿਲਾਂ ਫੜ ਲੈ ਯਾਰ ਮਾਮੇ ਦਾ ਮੁੰਡਾ ਲੱਗਣਾ ਕਿ ਮੈਂ ਤੈਨੂੰ ਦਹੀਂ ਭੱਲੇ ਖਵਾਵਾਂ ਯਾਰ ਮੈਂ ਨਹੀਂ ਖਾਣੇ ਝੂਠੇ ਝੂਠੇ ਮੈਨੂੰ ਨਵੇਂ ਲਾ ਕੇ ਦੇ ਮੇਰਾ ਭਰਾ ਨਵੇਂ ਹੀ ਇਹ ਸਾਲ ਹੋ ਗਿਆ ਇਹਨਾਂ ਨੂੰ ਯਾਰ ਉਸਤਾਦ ਤੇਰੀ ਮਿਹਰਬਾਨੀ ਨਾਲ ਦਿਮਾਗ ਖਰਾਬ ਕਰ ਮੈਨੂੰ ਨਾ ਦੇ ਨਵੇਂ ਦਹੀਂ ਭੱਲੇ ਦੇ ਜਾਂ ਮੇਰੇ ਪੈਸੇ ਵਾਪਸ ਦੇ ਆ 20 ਰੁਪਏ ਫੜਨਾ ਤੂੰ ਜੇਬ ਚ ਪਾ ਮੈਂ ਉਹਨੇ ਦੇ ਖਾ ਲਵਾਂ ਯਾਰ ਬਾਬਾ ਜੀ ਹੁਣ ਵੇਖੋ ਇਹ ਕਿਹੋ ਜੀ ਦੁਨੀਆ ਕੇ ਪੈਸੇ ਵੀ ਮੇਰੇ ਲੱਗ ਰਹੇ ਨੇ ਤੇ ਦਹੀਂ ਭੱਲੇ ਵੀ ਉਹ ਖਾ ਰਿਹਾ ਮੈਂ ਕੀ ਖਵਾਂ ਉਹ ਸਾਰੇ ਤਾਂ ਖਾਈ ਜਾ ਰਿਹਾ ਖਵਾਂ ਕੀ ਕੱਟਾ ਚਾਚਾ ਜੀ ਹਾਂ ਸਹੀ ਤੁਸੀਂ ਖਾਵਾਂਗੇ ਨਾ ਖਾਣ ਦੇਾਂਗੇ ਤੁਸੀਂ ਬਜ਼ੁਰਗ ਮਸ਼ਵਰਾ ਦੇਣ ਨੂੰ ਹੀ ਹੋਏ ਹੋ ਛੱਡੇ ਤੋ ਛੱਡੇ ਤੂੰ ਕੀ ਚਮਚੇ ਨਾਲ ਹਾਕੀ ਖੇਡਣ ਲੱਗ ਪਏ ਯਾਰ ਸਾਈਕਲ ਕਰਾਉਣਾ ਨਹੀਂ ਮੈਂ ਓਏ ਉਸਤਾਦ ਆਪਣੇ ਸਮਝਾ ਲਾ ਏ ਐਵੇਂ ਮੈਨੂੰ ਕਿਧਰੇ ਕੁੱਟ ਖਾਏਗਾ ਕੌਣ ਕੁੱਟ ਖਾਏਗਾ ਤਮੀਜ਼ ਨਾਲ ਗੱਲ ਕਰ ਓਏ ਹੋਏ ਓਏ ਹੋਏ ਓਏ ਹੋਏ ਦੇ ਤਾਂ ਕਿਹੜਾ ਓਏ ਓ ਫੜ ਲਾ ਕੌਲੀ ਵੀ ਨਾ ਰਗੜ ਜਾਵੇ ਓਏ ਹੋਏ ਹੋਏ ਕੀ ਸਪੀਡ ਆ ਗਈ ਨੇ ਬਈ ਖਾਦੇ ਨੇ ਚਾਚਾ ਜੀ ਤੁਸੀਂ ਰੇੜੀ ਦਾ ਮਸਲਾ ਮੇਰੇ ਕਾਰੋਬਾਰ ਦਾ ਮਸਲਾ ਹਮਾਦ ਪਹਿਲਾਂ ਗਾਹ ਗਾਹ ਮੁਸੀਬਤ ਪੈਸੇ ਮੈਨੂੰ ਅੱਧੇ ਦੇ ਅੱਧੇ ਤੂੰ ਵੀ ਜੋ ਖਾਦੇ ਮੈਂ ਨਹੀਂ ਖਾਦੇ ਮੈਨੂੰ ਕਸਮ ਚੁਕਾ ਲਾ ਜੇ ਮੈਂ ਖਾਦੇ ਹੋਣ ਕਸਮ ਕੀ ਚੁਕਾਵਾਂ ਕੋਲੀਆਂ ਚੁੱਕ ਚੁੱਕ ਕੇ ਤੂੰ ਮੇਰੀਆਂ ਖਾ ਗਿਆ ਇੰਨੇ ਬੰਦੇ ਖਲੋਤੇ ਕੋਈ ਦੱਸੋ ਜੀ ਮੈਂ ਖਾਦੇ
ਮੈਂ ਖਾਦੇ ਨਾ ਭੱਲੇ ਅੱਛਾ ਅੱਛਾ ਤੂੰ ਦੇਸੀ ਕੰਮ ਆਇਆ ਮੈਂ ਨਹੀਂ ਖਾਦੇ ਇਹਨਾਂ ਨੇ ਖਾਦੇ ਤੁਹਾਡੇ ਸਾਹਮਣੇ ਕੌਲੀ ਇੰਜ ਸੁੱਟੀ ਅੰਦਰ ਜਿਵੇਂ ਇਹਨੇ ਕੱਪੜਿਆਂ ਦਾ ਦੋ ਲੈ ਸੁੱਟੀ ਆ ਵੇਖ ਮੇਰੇ ਕੱਪੜੇ ਕੰਦੇ ਕਿਤੇ ਇਹਨੂੰ ਸਰਫ ਲੈਣਾ ਯਾਰ ਤੂੰ ਕੰਦੇ ਤੇ ਬਹਿ ਜਾ ਮੇਰੇ ਯਾਰ ਕੰਦੇ ਤੇ ਬਹਿ ਜਾ ਮੇਰੇ ਕੀ ਉਹ ਤਾਂ ਮੇਰੇ ਸਾਰੇ ਮੈਨੂੰ ਵੇਖਣ ਆ ਗਏ ਹੋ ਚੜ ਜਾ ਕਿੱਥੇ ਲੈ ਆਹੋ गाकी दा मसला जा तेरी मेहरबानी एक मिनट ठहराजी रेहड़ी तो रश मंगाओ मेहरबानी चूई दा कच्छा मैं हाथी दा पैंपर तो नहीं ना मैं ना बड़ी बर्दाश्त कर लिया तेरी गल्ला की बर्दाश्त की तू बस कर दे तो मेरा दिमाग ना खराब तू मेरा दिमाग ना खराब कर अच्छा तू समझ यार तू मेरे पैसे दे पैसे नु मेरे तेई भले विचो दे अदे तू खा गया यार विचो ते तू बाकी ते खादे ना तू अदे तू खादे ने बाकी ते तू खादे पैसे तन्नू दे खादे ने ना आहो पैसे दे नहीं देने पैसे एंड एने कीता एंड ए चिट्ठी दे पा दे एंड प्याली इंज सुटी मैं ते कौली बड़ी नहीं ते अंदर लंग जानी से एंड किने कीता मिर्चा चुके अखा च पा देना मैं पैसे सारे लाके तोड़े मिर्चा पता तेरी अखा च क्यों नहीं पाता तेरा मुंह वड्डा तेरी अखा च आनिया नहीं तेरा मुंह खुला हुंदा ना बच्चे ने अंदर लंघ जाना सी मैं उन्होंने सिर्फ रोकिया कि नहीं गाह के मेरा चल पंजाब पूरे हो चल निकल आने तीन क मिनट तो चुप रहेगा कोई गल नहीं प्यार रहा बाबा जी कुरबानी का संडा मैं कुरबानी का संडा नहीं हों तू कुरबानी का खोता है तेन को हाथ ला के छड़ जाते ने अगले जा मेरा भरा अल्ला तेरा भला करे गाकी दा टाइम है मेरा जस फेर आवी के मैं नहीं जाना मेरे विच दही भले दे या मेनू 50 रुपए दे तू चाहना की है यार तू कि तकलीफ की है मेनू पैसे दे दे मेरे पैसे दे दे मेरे पैसे तू भले नहीं खादे विच तो तू नहीं खादे अते मैं खादे तो अते पैसे तू दे मैं तो दे सारी मैं दे तेरे अते फिर विच तू दे पैसे दे तेने मैं दे तेने ते हुन का जी लड़ाई है जा अपने घर नहीं कोई नहीं है पैसे चल जा तोड़ दे मतलब उन्निया ज्यादा नहीं सीगियां मतलब थोड़ी घट सीगियां जुगतां अगर देखा जाए टोटल उस तरीके ना बट एक बड़ी वेरी स्वीट वीडियो सी कि इकना ने वधिया कंसेप्ट जब बनाया सी कि खान आए सी ते पैसे विचो खान लग गए ते ओवरऑल देखा जाए तो बहुत वधिया सी कि स्वीट वीडियो सी कि अच्छा मतलब कोई इदा मैसेज टाइप दी कोई इदा गल नहीं सी बट मैंने ओवरऑल एक वधिया स्वीट वीडियो लगी ते विच जेड़ा उन्होंने चपेट दी आवाज आई मैनूं सच्ची लगा मैं इन्नी कई मारी यार चपेट ते होर विच दो चार गल्लां मैं सोचियां कि बोलनी मैं भुल ही गया हूं ते दसो जी गाइज मैं भी यही कहूंगी कि बहुत क्यूट जी स्वीट जी वीडियो सी जिदा कि इन्होंने कहा कि मतलब ज्यादा गल्ला नहीं सी हैगियां वीडियो च पर ओ किसी तरीके नाल जिवें ओ चाचा जी पिछे खड़े सीगे इस वीडियो बड़ी स्पॉन्टेनियस जी वीडियो सी जिदा हुण ओ बंदा आया सी मतलब एक कैरेक्टर पता लग रहा सी कि वीडियो बहुत ज्यादा मतलब ऑन द स्पॉट मतलब क्रिएट कीती गई है वीडियो की इहदी भी प्रिपरेशन मतलब पहला जुगता दी तैयारी नहीं कीती गई मतलब ऑन द स्पॉट जिहड़ी गल क्रिएट हुई है उस चीज करके उहनूं ऑन द स्पॉट ही उहनूं इहदा स्क्रिप्ट बनाया गया ਤੇ ਵਿੱਚ ਉਹ ਸੀਗਾ ਜਿਹੜਾ ਆ ਕੇ ਕਹਿੰਦੇ ਆ ਜਿਹੜਾ ਬੰਦਾ ਸੈਲਫੀ ਲੈਣ ਆਇਆ ਸੀਗਾ ਹਾਂ
ਉਹ ਸੱਚੇ ਨਾਲ ਫੋਨ ਥੱਲੇ ਕਰ ਸਕਦੇ ਤੂੰ ਸੈਲਫੀ ਦੀ ਪਈ ਉਹ ਮੇਰੇ ਪੈਸੇ ਖਾ ਗਿਆ ਕਹਿੰਦੇ ਉਹ ਐਕਚੁਅਲੀ ਉਹਨਾਂ ਨੇ ਮੈਨੂੰ ਇਹਦਾ ਪਾਰਟ ਆਫ ਉਹ ਬਣਾ ਲਿਆ ਤੇ ਓਵਰਆਲ ਵੈਰੀ ਨਾਈਸ ਸੀਗੀ ਬਹੁਤ ਅੱਛੀ ਸਵੀਟ ਮਤਲਬ ਜਿਹੜੀ ਪਹਿਲਾਂ ਵੀਡੀਓ ਸੀਗੀ ਉਸ ਤੋਂ ਥੋੜੀ ਜਿਹੀ ਘੱਟ ਸੀਗੀ ਫਨੀ ਲੈਵਲ ਤੇ ਅਦਰਵਾਈਜ਼ ਸਖਾਵਤ ਨਾਜੀ ਭਾਈ ਜੀ ਸਾਨੂੰ ਪਤਾ ਹੀ ਹੈ ਕਿ ਉਹ ਆਪਣੇ ਸਿਰੇ ਦੇ ਕੋਮੇਡੀਅਨ ਹੈਗੇ ਨੇ ਇੱਕ ਅੱਧੀ ਵਾਰ ਕਦੇ ਕਦੇ ਕਿਸੇ ਵੀਡੀਓ 'ਚ ਥੋੜ੍ਹਾ ਬਹੁਤ ਉੱਪਰ ਥੱਲੇ ਹੋ ਜਾਂਦਾ ਅਦਰਵਾਈਜ਼ ਤੁਹਾਨੂੰ ਉਹਦੇ ਟੈਲੈਂਟ ਦਾ ਪਤਾ ਹੀ ਹੈ ਕਿ ਉਹ ਹਮੇਸ਼ਾ ਸਿਰੇ ਦੀਆਂ ਗੱਲਾਂ ਕਰਦੇ ਨੇ ਅਤੇ ਓਵਰਆਲ ਨਾਈਸ ਆਪਾਂ ਨੈਕਸਟ ਵੀਡੀਓ 'ਚ ਕੁਛ ਜ਼ਿਆਦਾ ਦੇਖਣਾ ਪਸੰਦ ਕਰਾਂਗੇ ਕਿ ਹੋਰ ਇਸ ਤੋਂ ਵੀ ਵਧੀਆ ਮਿਲੇ ਬਿਲਕੁਲ ਗਾਈਸ ਤੇ ਉਮੀਦ ਕਰਦੇ ਹਾਂ ਕਿ ਜਿੰਨਾ ਕਿ ਅਸੀਂ ਇੰਜੋਏ ਕੀਤਾ ਉਦਾਂ ਹੀ ਤੁਸੀਂ ਵੀ ਕਰੋਗੇ ਤੇ ਬਾਕੀ ਸਾਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਖੁਸ਼ ਰਹੋ ਸਿਹਤਮੰਦ ਰਹੋ ਜੀ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਤੇ ਆਪਣਾ ਧਿਆਨ ਰੱਖੋ ਲੈ ਕੇ ਹਾਜ਼ਰ ਹੋਣੀ ਅਗਲੀ ਵੀਡੀਓ ਛੇਤੀ ਛੇਤੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਖੁਦਾ ਹਾਫਿਜ਼।